ਨਹੀਂ ਉਹਦੀ ਜਿਹੜੀ ਜ਼ਬਾਨ ਹੈ ਉਹ ਪਹਿਲਾਂ ਹੀ ਬੇਲਗਾਮ ਹੈ ਔਰ ਬੜੀ ਬੇਰੁਖੀ ਦੇ ਨਾਲ ਬੜੇ ਡੈਰੋਗ੍ਰੇਟਰੀ ਰਿਮਾਰਕਸ ਕਿਸਾਨ ਅੰਦੋਲਨ ਬਾਰੇ ਕਿਸਾਨਾਂ ਬਾਰੇ ਵੀ ਕਰ ਚੁੱਕੀ ਹੈ ਔਰ ਸਿੱਖ ਸਟਰਗਲ ਬਾਰੇ ਵੀ ਕਰ ਚੁੱਕੀ ਹੈ। ਜਦੋਂ ਅਜੇ ਪਿਕਚਰ ਉਹਨੇ ਸਟਾਰਟ ਵੀ ਨਹੀਂ ਸੀ ਕੀਤੀ ਉਦੋਂ ਹੀ ਉਹ ਟਵਿੱਟਰ 'ਤੇ ਇਹ ਸਭ ਕੁਛ ਗਲਤ ਬੋਲਦੀ ਸੀਗੀ, ਪ੍ਰਵੋਕ ਕਰਦੀ ਸੀਗੀ, ਉਤੇਜਿਤ ਕਰਦੀ ਸੀ ਔਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਨੂੰ ਇੰਡੀਅਨ ਸਟੇਟ ਦੀ ਕੋਈ ਪੁਸ਼ਤ ਬਣਾਈ ਹੈ, ਕੋਈ ਸਪੋਰਟ ਹੈ, ਕੋਈ ਪੁਸ਼ ਹੈ, ਪਹਿਲਾਂ ਇੱਦਾਂ ਹੀ ਲੱਗਦਾ ਸੀ। ਫਿਰ ਜਦੋਂ ਸਵਾਲ ਇਹ ਹੈ ਕਿ ਫਿਰ ਇਹਦਾ ਮਤਲਬ ਫਿਲਮ ਬਣਾਉਣਾ ਵੀ ਫਿਰ ਉਤੇਜਿਤ ਕਰਨ ਦਾ ਹੀ ਇੱਕ ਹੋ ਸਕਦਾ? ਹਾਂ, ਪਿਕਚਰ ਅਜੇ ਕੰਪਲੀਟ ਆਈ ਨਹੀਂ ਹੈ ਸੋ ਪੂਰੀ ਪਿਕਚਰ ਦੇ ਉੱਤੇ ਕੋਈ ਕਮੈਂਟ ਅੱਜ ਦੀ ਤਰੀਕ 'ਚ ਨਹੀਂ ਕੀਤਾ ਜਾ ਸਕਦਾ। ਬਟ ਦੇਖੋ ਉਹਨੇ ਟ੍ਰੇਲਰ ਜਿਹੜਾ ਕੱਢਿਆ 2.5-3 ਮਿੰਟ ਦਾ ਜਿਹੜਾ ਵੀ ਨਿਕਲਿਆ ਉਹਦੇ ਵਿੱਚ ਜਿਹੜਾ ਉਹਨੇ ਸੰਤ ਜਰਨੈਲ ਸਿੰਘ ਬਾਬਤ ਜਾਂ ਸਿੱਖ ਸਟਰਗਲ ਬਾਬਤ ਜਿਹੜਾ ਟ੍ਰੇਲਰ ਦੇ ਵਿੱਚ ਜਿਹੜਾ ਹਿੱਸਾ ਸੀਨ ਦਿਖਾਇਆ ਉਹ ਕਲੀਅਰਲੀ ਸਿੱਖਾਂ ਨੂੰ ਪ੍ਰਵੋਕ ਕਰਨਾ ਸੀ ਤੇ ਫਿਲਮ ਦੀ ਪਬਲਿਸਿਟੀ ਲੈਣਾ ਸੀ। ਕਹਿੰਦੀ ਹੈ ਕਿ ਸਿੱਖ ਖਾਲਸਾ ਦੀ ਜੇ ਮੰਗ ਕਰ ਰਹੇ ਨੇ, ਕਹਿੰਦੀ ਮੈਂ ਵੀ ਕਿਹਾ ਕਿ ਉਹਨੇ ਸਿੱਖ ਕਹਿੰਦੇ ਖਾਲਸਾ ਨੂੰ ਦਿਓ। ਨਹੀਂ ਦੇਖੋ ਸੰਤ ਜਰਨੈਲ ਸਿੰਘ ਕੀ ਕਹਿ ਰਹੇ ਨੇ ਕਿ ਤੁਹਾਨੂੰ ਵੋਟਾਂ ਚਾਹੀਦੀਆਂ, ਸਾਨੂੰ ਖਾਲਿਸਤਾਨ ਚਾਹੀਦਾ। ਇਹ ਵਰਡ, ਇਹ ਪੂਰਾ ਸੈਂਟੈਂਸ ਜਿਹੜਾ ਮੈਂ ਬੋਲਿਆ, ਜਿਹੜਾ ਦਿਖਾਇਆ ਗਿਆ, ਮੈਨੂੰ ਨਹੀਂ ਪਤਾ ਪਿਕਚਰ ਦੇ ਵਿੱਚ ਕੀ ਹੋਏਗਾ, ਇੰਨਾ ਸੈਂਟੈਂਸ ਉਹਨਾਂ ਨੇ ਕਦੀ ਨਹੀਂ ਬੋਲਿਆ, ਇੱਦਾਂ ਉਹਨਾਂ ਨੇ ਕਦੀ ਨਹੀਂ। ਉਹਨਾਂ ਦੀ ਹਰ ਗੱਲ ਰਿਕਾਰਡਡ ਹੈ, ਹਰ ਗੱਲ ਕਿਤਾਬਾਂ ਦੇ ਵਿੱਚ ਅੱਜ ਸਾਡੇ ਸਾਹਮਣੇ ਹੈ, ਹਰ ਗੱਲ, ਮਤਲਬ ਮੈਂ ਕਹਿੰਦਾ ਹਰ ਗੱਲ। ਜਦੋਂ ਉਹ ਕਿਸੇ ਨੂੰ ਮੀਟ ਕਰਦੇ ਸੀ ਜਾਂ ਜਦੋਂ ਪਬਲਿਕਲੀ ਵੀ ਬੋਲਦੇ ਸੀਗੇ ਮੰਜੀ ਸਾਹਿਬ ਦੀਵਾਨ ਹਾਲ ਜਾਂ ਕਿਸੇ ਵੀ ਦਰਬਾਰ ਸਾਹਿਬ ਦੇ ਅੰਦਰ ਸਮਾਗਮ ਦੇ ਵਿੱਚ, ਤਾਂ ਉਹਨਾਂ ਦੀ ਹਰ ਗੱਲ ਰਿਕਾਰਡਡ ਹੁੰਦੀ ਸੀ। ਇਹ ਸੈਂਟੈਂਸ ਉਹਨਾਂ ਦਾ ਕਿਤੇ ਨਹੀਂ ਹੈ ਕਿ ਸਾਨੂੰ ਖਾਲਿਸਤਾਨ ਚਾਹੀਦਾ ਅਤੇ ਤੁਹਾਨੂੰ ਵੋਟਾਂ ਚਾਹੀਦੀਆਂ। ਉਹ ਇਸ ਤਰ੍ਹਾਂ ਉਹਨੇ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉਹ ਕਿਸੇ ਕਾਂਗਰਸੀ ਨੂੰ ਕਹਿ ਰਹੀ ਹੋ, ਜਿਵੇਂ ਸੰਜੀ ਕਿਸੇ ਕਾਂਗਰਸਮੈਨ ਨੂੰ ਕਹਿ ਰਹੇ ਨੇ ਇਹ ਵਰਡ। ਇਹ ਇੰਪ੍ਰੈਸ਼ਨ ਦੇਣ ਦੀ ਕੰਗਨਾ ਨੇ ਕੋਸ਼ਿਸ਼ ਕੀਤੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡੈਰੋਗੇਟਰੀ ਹੈ ਔਰ ਜਿਹੜਾ ਇੱਕ ਸਫੇਦ ਝੂਠ ਹੈ, ਕਿਉਂਕਿ ਇਸ ਤਰ੍ਹਾਂ ਦੇ ਸ਼ਬਦ ਸੰਤਾਂ ਦੇ ਕਿਤੇ ਵੀ ਰਿਕਾਰਡ ਦੇ ਵਿੱਚ ਨਹੀਂ ਮਿਲਦੇ। ਬਟ ਗੱਲ ਇਹ ਹੈ ਕਿ ਜਦੋਂ ਕੰਗਨਾ ਪਿਕਚਰ ਬਣਾ ਰਹੀ ਹੈ ਔਰ ਕੰਗਨਾ ਦੀ ਪਿਕਚਰ ਦਾ ਟ੍ਰੇਲਰ ਸਾਹਮਣੇ ਆ ਰਿਹਾ ਔਰ ਉਹਨੇ ਸਿੱਖਾਂ ਨੂੰ ਉਤੇਜਿਤ ਵੀ ਕੀਤਾ ਔਰ ਸਿੱਖਾਂ ਦੇ ਵਿੱਚ ਗੁੱਸੇ ਨੂੰ ਪੈਦਾ ਵੀ ਕੀਤਾ ਅਤੇ ਕਲੀਅਰ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਉਤੇਜਿਤ ਕਰਕੇ ਆਪਣੀ ਪਿਕਚਰ ਦੀ ਪਬਲਿਸਿਟੀ ਵੀ ਕਰਨਾ ਚਾਹੁੰਦੀ। ਬਟ ਨਾਲ ਦੇ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਿਕਚਰ ਤੋਂ ਪਹਿਲਾਂ ਵੀ ਉਹਦਾ ਮਾਇੰਡ ਇੱਦਾਂ ਦਾ ਹੀ ਸੀ, ਉਹ ਮਤਲਬ ਜਿੱਦਾਂ ਕਹਿੰਦੇ ਨੇ ਨਾ ਭਾਈ ਕੋ ਭਾਈ ਪਛਾਤਾ, ਮਤਲਬ ਜਿਸ ਤਰ੍ਹਾਂ ਦਾ ਉਹਦਾ ਮਾਇੰਡ ਸੈੱਟ, ਉਹਨੂੰ ਪਾਰਟੀ ਵੀ ਉੱਦਾਂ ਦੀ ਮਿਲੀ ਜਿੱਦਾਂ ਦਾ ਉਹ ਮਾਇੰਡ ਸੈੱਟ ਸੀ ਨਾ ਉਹਦਾ, ਉਹਦੀ ਉਹਨੂੰ ਪਾਰਟੀ ਵੀ ਉਹੀ ਮਿਲੀ ਔਰ ਉਹ ਪਾਰਟੀ 'ਚ ਗਈ ਵੀ ਉਸੇ ਪਾਰਟੀ 'ਚ ਜਿਹੜੇ ਸੇਮ ਪੈਟਰਨ 'ਤੇ ਸੋਚਦੇ ਨੇ। ਸੋ ਕਲੀਅਰ ਹੈ ਕਿ ਉਹਨਾਂ ਦੇ ਉਹਦੇ ਬੇਸ਼ੱਕ ਉਹ ਬੋਲਣ ਲੱਗਿਆ ਬੜਾ ਸੌਫਟ ਬੋਲਦੀ ਹੈ, ਜਿਹੜਾ ਬੜਾ ਵਿਕਟਮਹੁੱਡ ਦੀ ਭਾਵਨਾ 'ਚੋਂ ਬੋਲਦੀ ਹੈ, ਜਿਵੇਂ ਉਹਦੇ ਨਾਲ ਬੜੀ ਕੋਈ ਜਾਤੀ ਕਰ ਰਿਹਾ ਹੋਵੇ, ਬਟ ਉਹਦੇ ਸ਼ਬਦ ਦੇਖਿਆ ਕਰੋ ਕਿ ਉਹਦੇ ਵਿੱਚ ਹੇਟਡ ਝਲਕਦੀ ਹੈ, ਨਫ਼ਰਤ ਉਹਦੇ ਅੰਦਰ ਹੈਗੀ ਹੈ ਜਿਹੜੀ ਉਹ ਬਾਹਰ ਨਿਕਲਦੀ ਹੈ ਉਹਦੇ ਸ਼ਬਦਾਂ ਦੇ ਵਿੱਚੋਂ। ਸੋ ਮੈਂ ਤਾਂ ਹੀ ਕਿਹਾ ਸੀਗਾ ਕਿ ਬੀਜੇਪੀ ਨੇ ਅਗਰ ਸਿੱਖਾਂ ਨਾਲ ਪੰਗਾ ਹੀ ਲੈਣਾ ਤਾਂ ਫਿਰ ਕਿਸੇ ਮਰਦ ਨੂੰ ਅੱਗੇ ਕਰਨ, ਬੀਪੀ ਨੂੰ ਪਿੱਛੇ ਹਟਾ ਲੈਣ, ਕਿਉਂਕਿ ਜੇ ਬੀਪੀ ਦੇ ਖਿਲਾਫ਼ ਕੋਈ ਵੀ ਸਿੱਖਾਂ ਵੱਲੋਂ ਕਾਰਵਾਈ ਹੋਈ ਤਾਂ ਫਿਰ ਇਹ ਇੰਡੀਆ ਦੇ ਵਿੱਚ ਬਹੁਤ ਰੌਲਾ ਪਏਗਾ। ਇੱਕੋ ਗੱਲ ਕਹਿ ਰਹੀ ਹੈ ਕਿ ਹਥਿਆਰ, ਉਹ ਕਹਿ ਰਹੀ ਹੈ ਕਿ ਕਿਸੇ ਵੀ ਧਰਮ ਸਥਾਨ ਦੇ ਹਥਿਆਰ ਨਹੀਂ ਆ ਸਕਦੇ, ਪਰ ਅਗਰ ਹਥਿਆਰ ਦਾ ਵੀ ਹਵਾਲਾ ਦੇ ਰਹੀ ਕਿ AK-47 ਕਿਵੇਂ ਆ? ਦੇਖੋ ਸ਼ਸਤਰ ਦੀ ਜਿਹੜੀ ਸ਼ਕਲ ਹੈ ਸਮੇਂ ਸਮੇਂ ਨਾਲ ਬਦਲਦੀ ਹੈ, ਕਿਰਪਾਨ ਹੋਵੇ, ਧਨੁਸ਼ ਹੋਵੇ, ਤ੍ਰਿਸ਼ੂਲ ਹੋਵੇ, ਵੈਪਨ ਹੋਣ, ਪਿਸਟਲ ਹੋਵੇ, ਰਿਵਾਲਵਰ ਹੋਵੇ, ਸਟੇਨ ਗਨ ਹੋਵੇ, AK-47 ਹੋਵੇ, ਇਹ ਸਮੇਂ ਸਮੇਂ ਦੇ ਨਾਲ ਬਦਲਦੇ ਰਹਿੰਦੀ ਹੈ ਹਥਿਆਰਾਂ ਦੀ ਸ਼ਕਲ।
ਕੌਣ ਕਹਿੰਦਾ ਕਿ ਅਕਾਲ ਤਖਤ ਸਾਹਿਬ 'ਤੇ ਸ਼ਸਤਰ ਨਹੀਂ ਆ ਸਕਦੇ? ਗੁਰੂ ਸਾਹਿਬਾਨ ਦੇ ਵੇਲੇ ਤੋਂ ਆਉਂਦੇ ਨੇ, ਉਹ ਠੀਕ ਹੈ, ਉਹ ਹੁਣ ਉਹਨਾਂ ਦੀ ਜਿਹੜੀ ਸ਼ਕਲ ਬਦਲ ਗਈ ਹੈ। ਇਲੀਗਲ ਵੈਪਨ ਹੈ? ਨਹੀਂ, ਉਹ ਇਲੀਗਲ ਵੈਪਨ ਕਿਹਦੀ ਨਜ਼ਰ 'ਚ ਹੈ? ਕਿਹਦੀ ਨਜ਼ਰ 'ਚ ਹੈ ਇਲੀਗਲ ਵੈਪਨ? ਲੀਗਲ, ਲੀਗਲ ਅਤੇ ਇਲੀਗਲ ਇਹ ਇੱਕ ਵੱਖਰਾ ਵਿਸ਼ਾ ਹੈ। ਦੇਖੋ, ਉਹ ਇੱਕ ਵੱਖਰੀ ਡਿਬੇਟ ਹੈ। ਬਟ ਉਹ ਕੀ ਕਹਿ ਰਹੀ ਹੈ, ਦੇਖੋ ਬੜੀ ਹੈਰਾਨਗੀ ਵਾਲੀ ਵੀ ਗੱਲਾਂ ਕਰ ਰਹੀ ਹੈ। ਕਹਿੰਦੀ ਹੈ ਜਿਹੜੇ ਵੈਪਨ ਜਰਨੈਲ ਸਿੰਘ ਕੋਲ ਸੀਗੇ ਇਹ ਸਿਰਫ ਅਮੈਰੀਕਨ ਆਰਮੀ ਕੋਲ ਨੇ। ਸੋ ਉਹਨੂੰ ਕਿੱਥੋਂ ਪਤਾ ਲੱਗਾ? ਅਜੇ ਤੱਕ ਇੰਡੀਆ ਨੇ ਆਪਣੇ ਵਾਈਟ ਜਿਹੜਾ ਪੇਪਰ, ਸੋ ਕਾਲਡ ਵਾਈਟ ਪੇਪਰ ਹੈ, ਉਹਦੇ 'ਚ ਜੋ ਵੀ ਛਾਪਿਆ ਜਾਂ ਹੁਣ ਤੱਕ ਜਿੰਨੇ ਵੀ ਇੰਡੀਅਨ ਲੀਡਰਸ਼ਿਪ ਨੇ ਗੱਲਾਂ ਕੀਤੀਆਂ, ਇਹ ਗੱਲ ਪਹਿਲਾਂ ਮੈਨੂੰ ਨਹੀਂ ਕਦੀ ਸੁਣਨ 'ਚ ਮਿਲੀ ਕਿਸੇ ਇੰਡੀਅਨ ਲੀਡਰ ਨੇ ਜਾਂ ਕਿਸੇ ਸਰਕਾਰੀ ਤੌਰ 'ਤੇ ਕਿਸੇ ਨੇ ਕਿਹਾ ਹੋਵੇ ਕਿ ਜਿਹੜੇ ਵੈਪਨ ਉਹਨਾਂ ਕੋਲ ਸੀ ਉਹ ਅਮੈਰੀਕਨ ਵੈਪਨਸ ਨੇ। ਸੋ ਉਹ ਅਵਾ ਤਵਾ ਬੋਲ ਰਹੀ ਹੈ, ਉਹਨੂੰ ਸਮਝ ਨਹੀਂ ਆ ਕੀ ਬੋਲ ਰਹੀ ਹੈ, ਔਰ ਬਸ ਉਹਦੇ ਅੰਦਰ ਇੱਕ ਨਫ਼ਰਤ ਹੈ ਔਰ ਇੱਕ ਖਾਸ ਏਜੰਡਾ ਹੈ ਜਿਹੜਾ ਜਿਸ ਨੂੰ ਉਹ ਲਾਗੂ ਕਰਨੀ। ਐਮਰਜੈਂਸੀ ਫਿਲਮ ਦਾ ਇਤਿਹਾਸ ਜਿਹੜਾ 70-71 ਦਾ, ਅਤੇ ਪਰ 70-71 ਦੇ ਇਤਿਹਾਸ ਨੂੰ 90 ਨਾਲ ਕਿਉਂ ਜੋੜਿਆ? ਦੇਖੋ, ਇਹ ਮੈਂ ਉਹਨਾਂ ਦੇ ਨਾ ਜਿਹੜਾ ਉਹਨਾਂ ਦਾ ਕੋਈ ਸ਼ਾਇਦ ਕੋ-ਆਥਰ ਹੈ, ਉਹਦੀ ਮੈਂ ਇੰਟਰਵਿਊ ਸੁਣੀ ਸੀ। ਉਹ ਇਸ ਕਰਕੇ 84 ਅਤੇ 84 ਤੋਂ ਅੱਗੇ ਲੈ ਕੇ ਜਾ ਰਹੇ ਨੇ ਕਿ ਐਮਰਜੈਂਸੀ ਦਾ ਜਿਹੜਾ ਮੇਨ ਕਰੈਕਟਰ ਉਹ ਇੰਦਰਾ ਗਾਂਧੀ ਹੈ। 70-71 ਦਾ ਸੀਗਾ? ਇੱਕ ਮਿੰਟ, ਉਹ ਇੰਦਰਾ ਗਾਂਧੀ ਮੇਨ ਕਰੈਕਟਰ ਹੈ ਅਤੇ ਉਹ ਚਾਹੁੰਦੇ ਨੇ ਕਿ ਉਹਦੀ ਡੈਥ ਵੀ ਦਿਖਾਈ ਜਾਵੇ। ਸੋ ਉਹਨੂੰ ਡੈਥ ਤੱਕ ਲਿਆਉਣ ਲਈ ਉਹਨਾਂ ਨੂੰ ਸਾਰੇ ਸਰਕਮਸਟਾਂਸਿਸ ਦਿਖਾਉਣੇ ਪਏ। ਬੀਜੇਪੀ ਕੋਲ ਇੱਕ ਨਵੀਂ ਜਿਹੜੇ ਉਹਨਾਂ ਦੇ MP ਬਣੀ ਹੈ ਲੇਡੀ ਕੰਗਨਾ ਰਣੌਤ, ਉਹ ਬਾਰ ਬਾਰ ਕਦੀ ਫਿਲਮ ਦੇ ਹਵਾਲੇ ਨਾਲ, ਕਦੀ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਬਾਰ ਬਾਰ ਬੜੇ ਡੈਰੋਗੇਟਰੀ ਰਿਮਾਰਕਸ ਦੇ ਰਹੀ ਹੈ, ਅਪਮਾਨਜਨਕ ਟਿੱਪਣੀਆਂ ਕਰ ਰਹੀ ਹੈ। ਇਸ ਵਾਰ ਉਹਨਾਂ ਕਿਸੇ ਨੂੰ ਇੰਟਰਵਿਊ ਦਿੰਦੇ ਹੋਏ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ ਬੜਾ ਅਪਮਾਨਜਨਕ ਵਿਅੰਗ ਕੀਤਾ। ਉਹਨੂੰ ਪ੍ਰੋਬਲਮ ਹੈ ਕਿ ਸੰਤ ਦੇ ਹੱਥ ਵਿੱਚ AK-47 ਕਿਵੇਂ ਆ ਸਕਦੀ ਹੈ ਜਾਂ ਕਿਵੇਂ ਫੱਬਦੀ ਹੈ। ਅਸੀਂ ਉਹਦੀ ਗੱਲ ਦਾ ਜਵਾਬ ਦਿੰਦੇ ਹੋਏ ਪੂਰੇ ਇੰਡੀਅਨ ਸਮਾਜ ਨੂੰ ਅਤੇ ਇੰਡੀਅਨ ਪੋਲੀਟੀਸ਼ੀਅਨਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕੇਵਲ ਸੰਤ ਨਹੀਂ ਸੀ, ਉਹ ਸੰਤ ਸਿਪਾਹੀ ਸੀਗੇ। ਹੀ ਵਾਜ਼ ਅ ਟਰੂ ਸੇਂਟ ਸੋਲਜਰ। ਅਤੇ ਵੈਸੇ ਵੀ ਹਰ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ ਖੁਦ ਵੀ ਰੱਖਦੇ ਰਹੇ ਨੇ, ਔਰ ਉਹਨਾਂ ਨੇ ਆਪਣੇ ਟਰੂ ਡਿਸਿਪਲਿਨ ਨੂੰ, ਆਪਣੇ ਫੋਲੋਅਰਸ ਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੈ। ਔਰ ਇਕੱਲੀ ਇਜਾਜ਼ਤ ਨਹੀਂ ਦਿੱਤੀ, ਜ਼ਾਲਮ ਦਾ ਨਾਸ ਕਰਨ, ਮਜ਼ਲੂਮ ਦੀ ਰੱਖਿਆ ਕਰਨ ਅਤੇ ਸੈਲਫ ਡਿਫੈਂਸ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ। ਸੋ ਬਾਰ ਬਾਰ ਇੱਦਾਂ ਦੀਆਂ ਗੱਲਾਂ ਕਰਕੇ ਇਹ ਲੇਡੀ ਆਪਣੇ ਲਈ ਪ੍ਰੋਬਲਮ ਪਾ ਰਹੀ ਹੈ, ਸਾਡੇ ਲਈ ਕੋਈ ਪ੍ਰੋਬਲਮ ਨਹੀਂ ਪਾ ਰਹੀ, ਸਾਨੂੰ ਪ੍ਰਵੋਕ ਜ਼ਰੂਰ ਕਰ ਰਹੀ ਹੈ, ਸਾਨੂੰ ਉਤੇਜਿਤ ਕਰ ਰਹੀ ਹੈ, ਭੜਕਾ ਰਹੀ ਹੈ, ਪਰ ਪ੍ਰੋਬਲਮ ਉਹ ਆਪਣੇ ਲਈ ਪਾ ਰਹੀ ਹੈ। ਔਰ ਸਾਨੂੰ ਸਮਝ ਨਹੀਂ ਆਉਂਦੀ ਕਿ BJP ਕੋਲ ਕੋਈ ਮਰਦ ਨਹੀਂ ਹੈਗਾ ਸਿੱਖਾਂ ਨਾਲ ਪੰਗਾ ਲੈਣ ਲਈ, ਉਹਨੇ ਇੱਕ ਲੇਡੀ ਅੱਗੇ ਕੀਤੀ ਹੋਈ ਹੈ। ਔਰ ਜੇ ਕਿਸੇ ਜਜ਼ਬਾਤੀ ਅਤੇ ਗੁੱਸੇ ਵਿੱਚ ਆਏ ਹੋਏ ਸਿੱਖ ਨੇ ਕੋਈ ਵੀ ਕਦਮ ਇਸ ਲੇਡੀ ਦੇ ਖਿਲਾਫ ਚੁੱਕ ਲਿਆ, ਬੋਲਾਂ ਰਾਹੀਂ ਜਾਂ ਅਦਰਵਾਈਜ਼, ਤਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵਾਵੇਲਾ ਉੱਠੇਗਾ, ਇੱਕ ਤੂਫਾਨ ਉੱਠੇਗਾ, ਜਿਹਦੇ ਵਿੱਚ ਸਿੱਖਾਂ ਨੂੰ ਫਿਰ ਦੁਬਾਰਾ ਦਹਿਸ਼ਤਗਰਦ ਅਤੇ ਹਿੰਸਕ ਲੋਕ ਵਜੋਂ ਲੇਬਲ ਕੀਤਾ ਜਾਏਗਾ। ਬਟ ਪ੍ਰਾਈਮ ਮਿਨਿਸਟਰ ਅਤੇ ਹੋਮ ਮਿਨਿਸਟਰ ਉਹ ਟੋਟਲੀ ਖਾਮੋਸ਼ ਨੇ ਔਰ ਉਹ ਇਸ ਲੇਡੀ ਦੀ ਜ਼ਬਾਨ ਬੰਦ ਨਹੀਂ ਕਰ ਰਹੇ, ਉਹ ਇਸ ਨੂੰ ਹਦਾਇਤ ਨਹੀਂ ਕਰ ਰਹੇ ਕਿ ਸ਼ੀ ਸ਼ੁੱਡ ਸ਼ਟ ਹਰ ਮਾਊਥ।
ਔਰ ਉਹ ਹਾਲਾਤ ਪੈਦਾ ਕਰ ਰਹੇ ਨੇ ਕਿ ਸਿੱਖ ਉਤੇਜਿਤ ਹੋਣ, ਪ੍ਰਵੋਕ ਹੋਣ, ਅਤੇ ਫਿਰ ਉਹ ਕੋਈ ਐਕਟ ਕਰਨ, ਅਤੇ ਫਿਰ ਸਿੱਖਾਂ ਨੂੰ ਲੇਬਲ ਕੀਤਾ ਜਾਵੇ ਕਿ ਇਹ ਵਾਇਲੈਂਟ ਨੇ, ਇਹ ਦਹਿਸ਼ਤਗਰਦ ਨੇ। ਸੋ ਪ੍ਰਾਈਮ ਮਿਨਿਸਟਰ ਅਤੇ ਹੋਮ ਮਿਨਿਸਟਰ ਪੂਰੇ ਤਰੀਕੇ ਨਾਲ ਰਿਸਪੋਂਸੀਬਲ ਹੋਣਗੇ ਅਗਰ ਕਿਸੇ ਸਿੱਖ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਹਾਰਟ ਰਿਸਪੋਂਡ ਕੀਤਾ। ਇੱਕ ਇੱਕ ਬ੍ਰਾਂਡ ਤਾਂ ਇਹ ਹੈ ਬੀਜੇਪੀ ਕੋਲ, ਦੂਜਾ ਬ੍ਰਾਂਡ ਹੈ ਰਵਨੀਤ ਬਿੱਟੂ ਵਰਗੇ। ਉਹਨਾਂ ਨੂੰ ਅਚਨਚੇਤ ਸਿੱਖਾਂ ਪ੍ਰਤੀ ਹੇਜ ਜਾਗ ਗਿਆ। ਹੁਣ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ 'ਤੇ ਹਮਲਾ ਗਲਤ ਸੀ, ਮੈਂ ਇੱਕ ਸਿੱਖ ਵਜੋਂ ਰਾਹੁਲ ਗਾਂਧੀ ਨੂੰ ਟੈਰਰਿਸਟ ਪੇਂਟ ਕਰ ਰਿਹਾ ਜਾਂ ਰਾਹੁਲ ਗਾਂਧੀ ਦੇ ਖਿਲਾਫ਼ ਬੋਲ ਰਿਹਾ। ਸਾਰੀ ਉਮਰ ਉਹਦਾ ਪਰਿਵਾਰ ਕਾਂਗਰਸੀ ਲੀਡਰ ਅਤੇ ਖਾਸ ਤੌਰ 'ਤੇ ਗਾਂਧੀ ਪਾਮ ਫੈਮਿਲੀ ਦੇ ਬੂਟ ਪੋਲਿਸ਼ ਕਰਦੇ ਰਹੇ ਨੇ, ਉਹਨਾਂ ਦੀ ਚਮਚੀ ਕਰਦੇ ਰਹੇ ਨੇ, ਔਰ ਉਸੇ ਕਰਕੇ ਇਹਦੇ ਦਾਦੇ ਨੂੰ ਚੀਫ ਮਿਨਿਸਟਰਸ਼ਿਪ ਮਿਲੀ ਸੀ। ਅਤੇ ਜਦੋਂ ਉਹਦੇ ਜ਼ੁਲਮਾਂ ਦੀ ਅੱਤ ਹੋ ਗਈ ਅਤੇ ਜਦੋਂ ਸਿੰਘਾਂ ਨੇ ਉਹਨੂੰ ਪਨਿਸ਼ ਕੀਤਾ, ਅਤੇ ਫਿਰ ਉਹ ਗਾਂਧੀ ਫੈਮਿਲੀ ਨੇ ਦਾਦੇ ਵਾਲੀ ਜਿਹੜੀ ਫੇਵਰ ਸੀ ਉਹ ਪੋਤਰੇ ਨੂੰ ਵੀ ਦਿੱਤੀ, ਅਤੇ ਇਹ ਵੀ ਐਮ ਪੀ ਬਣਦਾ ਰਿਹਾ ਕਾਂਗਰਸ ਦੀ ਟਿਕਟ 'ਤੇ। ਸਾਰੀ ਜ਼ਿੰਦਗੀ ਇਹਨੇ ਕਾਂਗਰਸ ਦੇ ਕੋਲੋਂ ਫੇਵਰਸ ਲਏ, ਇਹਦੀ ਫੈਮਿਲੀ ਨੇ ਫੇਵਰਸ ਲਏ, ਹੁਣ ਇਹ ਨਵਾਂ ਨਵਾਂ ਮੁਸਲਮਾਨ ਬਣ ਗਿਆ। ਸੋਰੀ ਟੂ ਸੇ, ਇਹ ਕਹਾਵਤ ਹੈ, ਮਤਲਬ ਹੁਣ ਤਾਜ਼ਾ ਤਾਜ਼ਾ ਉਹ ਭਾਜਪਾ 'ਚ ਗਿਆ, ਹੁਣ ਉਹਦੇ 'ਤੇ ਹਿੰਦੁੱਤਵ ਰੰਗ ਚੜ ਗਿਆ, ਅਤੇ ਹੁਣ ਉਹ ਸਿੱਖ ਉਹਨੂੰ ਅਚਨਚੇਤ ਇੱਕਦਮ ਸਿੱਖਾਂ ਦਾ ਹੇਜ ਜਾ ਗਿਆ, ਔਰ ਉਹ ਇੱਕ ਅੱਛਾ ਸਿੱਖ ਹੋਣ ਦਾ ਇੱਕ ਟਕਵਾਂਜ ਕਰ ਰਿਹਾ। ਸੋ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ, ਨਾ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਮਗਰ ਜਾਣ, ਨਾ ਉਹ ਰਵਨੀਤ ਵਰਗੇ ਜਿਹੜੇ ਮਤਲਬ ਨਵੇਂ ਨਵੇਂ ਮਤਲਬ ਜਿਹਨਾਂ ਦਾ ਜਿਹਨਾਂ ਨੇ ਪਾਰਟੀ ਬਦਲੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੇ ਮਗਰ ਜਾਣ, ਅਤੇ ਨਾ ਹੀ ਜਿਹੜੀ ਕੰਗਣਾ ਆ ਉਹਦੀਆਂ ਸਟੇਟਮੈਂਟਸ ਤੋਂ ਪ੍ਰਵੋਕ ਹੋਣ। ਕੰਗਣਾ ਪੁੱਛਦੀ ਹੈ ਔਰ ਕਹਿੰਦੀ ਹੈ, ਬੜੇ ਕਲੇਮ ਕਰਦੀ ਹੈ, ਦਾਅਵਾ ਕਰਦੀ ਹੈ ਕਿ ਕੋਈ ਸਿੱਖ ਸੰਤਾਂ ਨੂੰ ਸੰਤ ਨਹੀਂ ਮੰਨਦਾ, 99% ਦਾ ਉਹਨੇ ਹਵਾਲਾ ਦਿੱਤਾ ਹੈ ਹਿੰਦੁਸਤਾਨ ਦੇ ਲੋਕ ਅਤੇ ਕੰਗਣਾ ਅਤੇ ਇਹੋ ਜਿਹੇ ਬਹੁਤ ਸਾਰੇ ਸਿਆਸਤਦਾਨ। ਇੱਕ ਗੱਲ ਸਮਝ ਲੈਣ ਕਿ ਜਿਸ ਕੌਮ ਨੇ ਸੰਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਬਣਾ ਦਿੱਤੀ, ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੁੰਦੀ। ਅਸੀਂ ਅਲਟੀਮੇਟ ਟ੍ਰਿਬਿਊਟ ਸੰਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਕੌਮ ਨੇ ਦੇ ਦਿੱਤਾ। 99% ਦੀ ਜਾਂ ਕਿਸੇ ਵੀ ਪਰਸੈਂਟੇਜ ਦੀ ਗੱਲ ਦਾ ਕੋਈ ਅਰਥ ਕੋਈ ਮਹਿਨਾ ਨਹੀਂ ਰਹਿ ਜਾਂਦਾ ਜਦੋਂ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਅਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਉਸਾਰੀ ਗਈ ਹੈ। ਸੋ ਅਲਟੀਮੇਟ ਟ੍ਰਿਬਿਊਟ ਪੂਰੀ ਕਮਿਊਨਿਟੀ ਨੇ ਦਿੱਤਾ ਜਦੋਂ ਦਰਬਾਰ ਸਾਹਿਬ 'ਚ ਉਹਨਾਂ ਦੀ ਯਾਦਗਾਰ ਬਣੀ ਹੈ। ਸੋ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਆਪਣੇ ਸਿਆਸਤਦਾਨਾਂ ਦੇ ਮੂੰਹ ਬੰਦ ਕਰਾ ਦੇਣੇ ਚਾਹੀਦੇ ਨੇ, ਨਹੀਂ ਤਾਂ ਇਹ ਜਿਹੜੀ ਜਿਸ ਪਾਸੇ ਗੱਲ ਜਾ ਰਹੀ ਹੈ ਇਹ ਆਪਸੀ ਜਿਹੜੀ ਕੜਵਾਹਟ ਹੈ, ਆਪਸੀ ਜਿਹੜੀ ਦੂਰੀਆਂ ਉਹਨੂੰ ਵਧਾਏਗੀ ਘਟਾਏਗੀ ਨਹੀਂ।